नमस्कार दोस्तों, आरबीआई मीडिया में आपका स्वागत है। अपडेट फाजिलका से आ रही है। फाजिलका के दुख निवारण श्री बालाजी धाम में लॉयंस क्लब फाजिलका विशाल द्वारा कोरोना टीकाकरण शिविर लगाया गया, जिसमें 100 से भी अधिक लोगों का टीकाकरण बिल्कुल मुफ्त किया गया। इस शिविर का उद्घाटन फाजिलका के सिविल सर्जन डॉक्टर हरजिंदर सिंह द्वारा किया गया। इस मौके पर असिस्टेंट सिविल सर्जन डॉक्टर कविता सिंह, जिला मास मीडिया अधिकारी अनिल धामू व मैडम सुखविंदर कौर उपस्थित रहे। फाजिलका में यह शिविर लगाया गया था। दुख निवारण श्री बालाजी धाम में शिविर को लेकर लोगों में खासा उत्साह देखने को मिला। इस मौके पर 100 से भी ज्यादा लोग यहां पर पहुंचे, जिनका टीकाकरण लॉयंस क्लब फाजिलका विशाल द्वारा करवाया गया। माहिर डॉक्टरों की टीम द्वारा यहां पर पहुंचकर टीकाकरण किया गया और लोगों को कोरोना के प्रति जागरूक भी किया गया। आपको लाइव कवरेज दिखा रहा हूँ, बने रहे मेरे साथ, देखते रहे मेरा चैनल। ਸਭ ਕੀ ਕਰੋਗੇ ਅੱਜ ਜਿਹੜਾ ਲਾਇਨਸ ਕਲੱਬ ਫਾਜ਼ਿਲਕਾ ਵਿਸ਼ਾਲ ਵੱਲੋਂ ਇਸ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਸਭ ਤੋਂ ਪਹਿਲਾਂ ਤਾਂ ਮੇਰੇ ਫਾਜ਼ਿਲਕਾ ਵਾਸੀਆਂ ਨੂੰ ਰਾਮ ਨਾਮ, ਸਤਿ ਸ਼੍ਰੀ ਅਕਾਲ। ਔਰ ਇਹ ਅਰਦਾਸ ਆ ਕਿ ਫਾਜ਼ਿਲਕਾ ਵਾਸੀ ਸਾਰੇ ਤੰਦਰੁਸਤ ਰਹਿਣ ਅਤੇ ਉਸ ਤੰਦਰੁਸਤੀ ਦੇ ਲਈ ਜਿਹੜੇ ਅੱਜ ਕੱਲ੍ਹ ਕੋਵਿਡ ਦੀ ਬਿਮਾਰੀ ਚੱਲ ਰਹੀ ਆ, ਦੂਸਰੀ ਲਹਿਰ ਆ ਗਈ ਹੈ, ਇਹ ਲਹਿਰ ਬਹੁਤ ਭਿਆਨਕ ਅਤੇ ਖਤਰਨਾਕ ਸਾਬਤ ਹੋ ਰਹੀ ਹੈ। ਤੁਹਾਡੇ ਮਾਧਿਅਮ ਦੇ ਰਾਹੀਂ ਸਾਰੇ ਲੋਕਾਂ ਨੂੰ ਬੇਨਤੀ ਆ, ਲਾਇਨਸ ਕਲੱਬ ਦੇ ਸਹਿਯੋਗ ਨਾਲ, ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ, ਕਿ ਵੱਧ ਤੋਂ ਵੱਧ ਆ ਕੇ ਉਹ 45 ਸਾਲ ਤੋਂ ਜਿੰਨੇ ਵੀ ਉੱਪਰ ਦੇ ਵਿਅਕਤੀ ਨੇ ਉਹ ਆ ਕੇ ਆਪਣਾ ਕਰੋਨਾ ਤੋਂ ਬਚਾਅ ਦਾ ਟੀਕਾ ਲਗਵਾਉਣ। ਸਾਡੀ ਇਹ ਸਭ ਤੋਂ ਟੋਪ ਪ੍ਰਾਇਓਰਟੀ ਹੈ ਕਿ ਸਾਡੇ ਕੋਲ ਇੱਕੋ ਇੱਕ ਕਾਰਗਰ ਹਥਿਆਰ ਵੈਕਸੀਨੇਸ਼ਨ ਆ, ਬਾਕੀ ਸਾਰੇ ਜਿਹੜੇ ਤਰੀਕੇ ਨੇ ਉਹ ਫੇਲ ਹੋ ਜਾਂਦੇ ਆ। ਜੀ ਜੁਨੇਜਾ ਜੀ, ਕਿਸ ਤਰ੍ਹਾਂ ਦਾ ਇੱਕ ਸ਼ਿਵਰ ਲਗਾਇਆ ਗਿਆ ਔਰ ਕੀ ਉਪਰਾਲਾ ਇਹਦੇ ਬਾਰੇ? ਮੈਂ ਨਰੇਸ਼ ਜੁਨੇਜਾ, ਪ੍ਰੈਜੀਡੈਂਟ ਲਾਇਨਸ ਕਲੱਬ ਫਾਜ਼ਿਲਕਾ ਵਿਸ਼ਾਲ। ਅਸੀਂ ਅੱਜ ਕੋਵਿਡ ਦਾ ਜੋ ਕੈਂਪ ਲਗਾਇਆ ਹੈ, ਇਹਦੇ ਵਾਸਤੇ ਇੰਜੈਕਸ਼ਨ ਜਿਹੜੇ ਸਰਕਾਰ ਨੇ ਦਿੱਤਾ, ਮੁਤਾਬਕ 45 ਸਾਲ ਤੋਂ ਉੱਪਰ ਦੇ ਲੋਕ ਜੋ ਆਏ ਨਾ, ਅਸੀਂ ਸ਼ਹਿਰ ਵਿੱਚ ਐਡਵਰਟੀਜ਼ਮੈਂਟ ਕਰਵਾਈਏ ਵੀ ਜਿਹਨਾਂ ਨੂੰ ਲੋੜ ਹੈ, ਜ਼ਰੂਰਤਮੰਦ ਇੱਥੇ ਆ ਕੇ ਆਪਣੇ ਇੰਜੈਕਸ਼ਨ ਲਗਵਾਉਣ। ਸਾਡੇ ਕੋਲ ਸਿਵਲ ਹਸਪਿਟਲ ਡਾਕਟਰ ਦੀ ਟੀਮ, CMO ਸਾਹਿਬ ਨੇ ਸਾਡੇ ਨਾਲ ਬੜਾ ਕੋਆਪਰੇਟ ਕਰਕੇ, ਡਾਕਟਰ ਨਵਦੀਪ ਡਿਸੂਜਾ ਜੀ ਜੋ ਸਾਡੇ ਲਾਇਨ ਮੈਂਬਰ ਨੇ, ਉਹ ਚੇਅਰਮੈਨ ਨੇ ਪ੍ਰੋਜੈਕਟ ਦੇ, ਉਹਨਾਂ ਦੇ ਸਹਿਯੋਗ ਨਾਲ ਨਾਲ CMO ਸਾਹਿਬ ਦੇ ਸਹਿਯੋਗ ਨਾਲ ਅਸੀਂ ਇਹ ਕੈਂਪ ਇੱਥੇ ਲਗਵਾਇਆ ਅਤੇ ਲੋਕ ਇੱਥੇ ਹੁਣ ਸਾਡੇ ਕੋਲ ਹੁਣੇ 9:30 ਤੋਂ ਲੈ ਕੇ ਹੁਣ ਤੱਕ 50-55 ਦੇ ਲਗਭਗ ਪੇਸ਼ੈਂਟ ਆ ਚੁੱਕੇ ਨੇ। ਇਸ ਤੋਂ ਬਾਅਦ ਲਗਾਤਾਰ ਆ ਰਹੇ ਨੇ, ਅਸੀਂ 12:30 ਤੱਕ ਕੈਂਪ ਚਲਾਵਾਂਗੇ ਅਤੇ ਲੋਕ ਇਸ ਦਾ ਫਾਇਦਾ ਉਠਾ ਰਹੇ ਨੇ। ਲੋਕਾਂ ਨੂੰ ਨਾਲ ਵੀ ਅਸੀਂ ਟੇਬਲੇਟ ਵੀ ਬਾਈ ਦੇ ਵੇ, ਜੇ ਕਿਸੇ ਨੂੰ ਕੋਈ ਤਕਲੀਫ ਹੁੰਦੀ ਹੈ ਟੇਬਲੇਟ ਵੀ ਉਹਨੂੰ ਪ੍ਰੋਵਾਈਡ ਕਰ ਰਹੇ ਹਾਂ, ਮਾਸਕ ਵੀ ਪ੍ਰੋਵਾਈਡ ਕਰ ਰਹੇ ਹਾਂ, ਪੂਰੀ ਨਿਯਮਾਂ ਦੀ ਪਾਲਣਾ ਕਰਕੇ
उन्होंने बैठ के अलग अलग थोड़ी देर डिस्टेंस बनाया है, आ रहे हैं मास्क लगा के पूरी पालना करते हैं सरकार के रहता नहीं। तो क्या होता है किन्ने डोज लगाए जाएंगे अज नियर अबाउट 100 के करीब तो उम्मीद हैगी जी, 52 हो गए ना वो लोग आ रहे हैं, फटाफट जिस तरह पता लगता पे उ लोग आ रहे हैं, असं उन्होंने।